ਸਤਿ ਸ਼੍ਰੀ ਅਕਾਲ ਅੱਜ ਦਾ ਕੁਐਸਚਨ ਕਿਚਨ ਦੇ ਵਿੱਚ ਤੁਹਾਨੂੰ ਕਦੋਂ ਹੱਥ ਧੋਣੇ ਚਾਹੀਦੇ ਆ ਵੈਨ ਡੂ ਯੂ ਹੈਵ ਟੂ ਵਾਸ਼ ਯੂਰ ਹੈਂਡਸ ਓਕੇ ਤੇ ਹਾਊ ਲੌਂਗ ਯੂ ਹੈਵ ਟੂ ਵਾਸ਼ ਹੈਂਡਸ ਰਜਿੰਦਰ ਆਨਸਰ ਪਲੀਜ਼ ਓਕੇ ਸੋ ਵੀ ਹੈਵ ਟੂ ਵਾਸ਼ ਆਵਰ ਹੈਂਡ ਲਾਈਕ ਫੋਰ ਵਨ ਮਿੰਟ ਯਾ ਲਾਈਕ ਵੀ ਹੈਵ ਟੂ ਸਕ੍ਰਬ ਐਂਡ ਵੀ ਹੈਵ ਟੂ ਵਾਸ਼ ਐਂਡ ਵੀ ਹੈਵ ਟੂ ਯੂਜ਼ ਅ ਪੇਪਰ ਟਾਵਲ ਟੂ clean it right and we have to wash and after like when we use like something then for and we have to do curries then we have to wash and because of like gluten free so okay. like punjabi ch answer kar sakde koi dikkat nahi okay haan ji matlab ki apan nu kafi vari apan hath dhona zarur pa sakde ha jidda like apan kare kare apne ਕੱਪੜੇ ਨੂੰ ਹੱਥ ਲਾ ਰਹੇ ਹਾਂ ਆਪਣੇ ਹੇਅਰ ਨੂੰ ਹੱਥ ਲਾ ਰਹੇ ਹਾਂ ਆਪਣੇ ਮੂੰਹ ਨੂੰ ਹੱਥ ਲਾ ਰਹੇ ਹਾਂ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਨੂੰ ਆਲਵੇਜ਼ ਹੱਥ ਧੋਣ ਦੀ ਜ਼ਰੂਰਤ ਪੈਂਦੀ ਹੈ ਤੇ ਆਪਾਂ ਨੂੰ ਕਮ ਸੇ ਕਮ ਇੱਕ ਮਿੰਟ ਤੱਕ ਹੈਂਡ ਸਕ੍ਰਬ ਕਰਨੇ ਚਾਹੀਦੇ ਪਹਿਲਾਂ ਸੋਪ ਲੈ ਕੇ ਹੈਂਡ ਸਕ੍ਰਬ ਕਰਨੇ ਚਾਹੀਦੇ ਆ ਉਸ ਤੋਂ ਬਾਅਦ ਵਾਸ਼ ਕਰਨਾ ਚਾਹੀਦਾ ਫਿਰ ਉਸ ਤੋਂ ਬਾਅਦ ਡਰਾਈ ਕਰਕੇ ਫਿਰ ਪਾਣੀ ਠੰਡਾ ਹੋਣਾ ਚਾਹੀਦਾ ਗਰਮ ਹੋਣਾ ਚਾਹੀਦਾ ਪਾਣੀ ਆਪਣਾ ਠੰਡਾ ਹੋਣਾ ਚਾਹੀਦਾ ਠੰਡਾ ਹੋਣਾ ਚਾਹੀਦਾ ਓਕੇ ਨੋਰਮਲ ਹੋਣਾ ਚਾਹੀਦਾ ਓਕੇ ਚਲੋ ਸਿਮਰਨ ਤੁਸੀਂ ਇੱਥੇ ਚਾਨਣਾ ਪਾਓਗੇ ਕੁਝ ਹਾਂਜੀ ਸਾਨੂੰ ਹੱਥ ਉਹਦੇ ਤੋਂ ਨਹੀਂ ਚਾਹੀਦੇ ਆ ਜਦੋਂ ਆਪਾਂ ਆਪਣੇ ਲਾਈਕ ਕਿਸੇ ਵੀ ਬੋਡੀ ਪਾਰਟ ਨੂੰ ਟੱਚ ਕਰ ਜਿਵੇਂ ਨੋਜ਼ ਨੂੰ ਫੇਸ ਨੂੰ ਹੇਅਰਸ ਨੂੰ ਤੇ ਆਪਾਂ ਕਿਸੇ ਨੂੰ ਮਿਲ ਕੇ ਆ ਰਹੇ ਹਾਂ ਕਿਸੇ ਕਸਟਮਰ ਨੂੰ ਉਦੋਂ ਵੀ ਆਪਾਂ ਹੱਥ ਧੋਣੇ ਚਾਹੀਦੇ ਆ ਤੇ ਕੁਛ ਵੀ ਲਾਈਕ ਜਿਵੇਂ ਆਟਾ ਵਗੈਰਾ ਗੁੰਨਣਾ ਹੋਵੇ ਉਹਦੇ ਲਈ ਵੀ ਸਾਨੂੰ ਪਹਿਲਾਂ ਹੱਥ ਧੋਣੇ ਚਾਹੀਦੇ ਆ ਤੇ ਵਾਸ਼ਰੂਮ ਜਾ ਰਹੇ ਹਾਂ ਉਹ ਤੋਂ ਲਾਈਕ ਬਾਅਦ ਵੀ ਹੱਥ ਧੋਣੇ ਚਾਹੀਦੇ ਆ ਤੇ ਕਿੰਨੀ ਦੇਰ ਆਪਾਂ ਨੂੰ ਹੱਥ ਧੋਣੇ ਚਾਹੀਦੇ ਫੋਰ ਲਾਈਕ ਕਿਚਨ ਦੇ ਵਿੱਚ ਕੰਮ ਕਰਦੇ ਜਦੋਂ ਵੀ ਇੰਟਰ ਹੁੰਦੇ ਹੋ ਜਦੋਂ ਵੀ ਕੋਈ ਨਵਾਂ ਟਾਸਕ ਸ਼ੁਰੂ ਕਰਦੇ ਹੋ ਜਾਂ ਉਹਨੂੰ ਫਿਨਿਸ਼ ਕਰਦੇ ਹੋ ਜਦੋਂ ਵੀ ਕੋਈ ਕਰੀ ਟੱਚ ਕਰਦੇ ਹੋ ਜਾਂ ਉਹਨੂੰ ਟੇਸਟ ਕਰਦੇ ਹੋ ਐਵਰੀ ਸਿੰਗਲ ਟਾਈਮ ਤੁਹਾਨੂੰ ਆਪਦੇ ਹੱਥ ਵਾਸ਼ ਕਰਨੇ ਚਾਹੀਦੇ ਆ ਐਂਡ ਡਰਾਈ ਵਿਦ ਅ ਪੇਪਰ ਟਾਵਲ ਐਂਡ ਹਾਊ ਲੌਂਗ ਯੂ ਹੈਵ ਟੂ ਵਾਸ਼ ਹੈਂਡਸ ਜਦੋਂ ਤੁਸੀਂ ਕਿਚਨ ਦੇ ਵਿੱਚ ਇੰਟਰ ਹੁੰਦੇ ਹੋ ਔਰ ਜਦੋਂ ਤੁਸੀਂ ਵਾਸ਼ਰੂਮ ਜਾਂਦੇ ਹੋ ਐਟਲੀਸਟ ਵਿਦ ਦਾ 20 to 30 seconds ਯੂ ਹੈਵ ਟੂ ਵਾਸ਼ ਯੂਰ ਹੈਂਡਸ ਵਿਦ ਦਾ ਲੂਕ ਵਾਰਮ ਵਾਟਰ ਹੁਣ ਲੂਕ ਵਾਰਮ ਵਾਟਰ ਮਤਲਬ ਨਾ ਜ਼ਿਆਦਾ ਗਰਮ ਨਾ ਜ਼ਿਆਦਾ ਠੰਡਾ ਬਟ ਇਟ ਹੈਜ਼ ਟੂ ਬੀ ਵਾਰਮ ਵਾਟਰ ਠੀਕ ਹੈ ਔਰ ਜਿਹਦੇ ਵਿੱਚ ਤੁਹਾਡੇ ਹੱਥ ਆ ਜਾਂਦੇ ਆ ਨੇਲਸ ਆ ਜਾਂਦੇ ਆ ਪਾਮਸ ਆ ਜਾਂਦੀਆਂ ਫਿੰਗਰਸ ਆ ਜਾਂਦੀਆਂ ਥੰਮ ਆ ਜਾਂਦਾ ਵਿਦ ਦਾ ਸੋਪ ਵਾਟਰ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਆਪਦੇ ਹੱਥਾਂ ਨੂੰ ਦੈਨ ਕਲੀਨ ਵਿਦ ਦਾ ਪੇਪਰ ਟਾਵਲ ਡਰਾਈ ਪੇਪਰ ਟਾਵਲ ਜਿਹੜੇ ਮੋਸਟਲੀ ਹੁੰਦੇ ਨਾ ਉਹਨੂੰ ਯੂਜ਼ ਕਰ ਸਿੰਗਲ ਪੇਪਰ ਟਾਵਲ ਯੂਜ਼ ਕਰਕੇ ਉਹਨੂੰ ਡਿਸਕਰਡ ਕਰ ਦਿਓ ਬਿੰਦੇ ਵਿੱਚ ਸੋ ਦੈਟ ਇਜ਼ ਦਾ ਰਾਈਟ ਪ੍ਰੋਸੀਜਰ ਆਫ ਵਾਸ਼ਿੰਗ ਯੋਰ ਹੈਂਡਸ ਪਤਾ ਲੱਗ ਗਿਆ ਨੋਟ ਮਿੰਟ ਓਨਲੀ 25 to 30 seconds ਠੀਕ ਹੈ ਜੀ ਬਟ ਚਿਪਸ ਸਟਾਰਟ ਕਰਨ ਤੋਂ ਪਹਿਲਾਂ ਤੇ ਲਾਸਟ ਚ ਵੀ ਹੈਵ ਟੂ ਵਾਸ਼ ਯੈਸ ਮਤਲਬ ਜਦੋਂ ਤੁਸੀਂ ਕਿਚਨ ਚ ਇੰਟਰ ਹੁੰਦੇ ਉਦੋਂ ਔਰ ਜਦੋਂ ਤੁਸੀਂ ਕਿਚਨ ਤੋਂ ਜਾਂਦੇ ਉਦੋਂ ਐਂਡ ਪਲੱਸ ਐਵਰੀ ਟਾਸਕ ਯੂ ਕਮੈਂਸ ਜਦੋਂ ਵੀ ਕੋਈ ਟਾਸਕ ਤੁਸੀਂ ਸ਼ੁਰੂ ਕਰਦੇ ਉਦੋਂ ਵੀ ਜਦੋਂ ਵੀ ਤੁਸੀਂ ਸਨੀਜ਼ ਕਰਦੇ ਹੋ ਆਲਵੇਜ਼ ਆਲਵੇਜ਼ ਲਾਈਕ ਵੈਨਐਵਰ ਯੂ ਰਿਮਾਈਂਡ ਯੋਰਸੈਲਫ ਦੈਟ ਕਿ ਵੀ ਨੀਡ ਟੂ ਵਾਸ਼ ਹੈਂਡਸ ਸੋ ਡੂ ਇਟ ਚਾਹੇ ਗਲਵਸ ਪਾ ਕੇ ਕਰਕੇ ਗਲਵਸ ਪਾ ਲਏ ਫਿਰ ਉਹਨੂੰ ਲਾ ਲਏ ਫਿਰ ਵਾਸ਼ ਯੋਰ ਹੈਂਡਸ ਦੈਨ ਅਗੇਨ ਡਰਾਈ ਯੋਰ ਹੈਂਡਸ ਐਂਡ ਯੂਜ਼ ਨਿਊ ਗਲਵਸ ਸੋ ਜਸਟ ਦੈਟ ਪ੍ਰੈਕਟਿਸ ਹੈਜ਼ ਟੂ ਬੀ ਕੀਪ ਰਿਪੀਟਡ ਆਲ ਗੁੱਡ ਥੈਂਕ ਯੂ